लो जी वीरो रतनपाल 855 ते तुहाडा स्वागत आ। देख सकते हो जिला पटियाला पिंड लचकाणी बिलकुल डुब्या पिया। किसानां दा जिमीदार भरावां दा बहुत बुरा हाल होया पिया। जीरी दे विच झोना लग्या होया, 10-15 दिनां दा झोना लग्या होया, तुसी देख सकते हो। ए इक अपना किसान भाई आ, आपदे दुख रो रहा। देख सकते हो तुसी झोने दे विच किन्ना किन्ना पानी आ। ਇਹ ਗਰੀਬ ਜ਼ਿਮੀਦਾਰ ਤੀ ਵਿਚਾਰਾ ਠੇਕੇ ਤੇ ਪੈਲੀ ਲਈ ਹੋਈ ਆ, ਅਰ ਝੋਨਾ ਡੁੱਬਿਆ ਹੋਇਆ, ਬਹੁਤ ਮਤਲਬ ਮਨੋ ਦੁਖੀ ਹੋਇਆ ਹੋਇਆ। ਦੇਖ ਸਕਦੇ ਹੋ ਤੁਸੀਂ, ਇਹ ਤਕਰੀਬਨ ਜਿੰਨਾ ਵੀ ਮਤਲਬ ਏਰੀਆ ਸਾਰਾ ਠੇਕੇ ਵਾਲਾ ਏਰੀਆ, ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੇ ਕਿਸਾਨ ਜ਼ਿਮੀਦਾਰ ਭਰਾਵਾਂ ਨੇ। ਇੱਕ ਇਹ ਭਰਾ ਖੜਾ ਆਪਣਾ, ਇਹ ਵੀ ਇਹਦੇ ਨਾਲ ਲੱਗਦੀ ਪੈਲੀ ਇਹਨਾਂ ਦੀ ਆ, ਜਿੱਥੇ ਉਹ ਖੰਭਾ ਖੜਾ, ਇਹਦੀ ਵੀ ਮਤਲਬ ਝੋਨਾ ਸਾਰਾ ਡੁੱਬਿਆ ਹੋਇਆ। ਇਹ ਤੋਂ ਵੀ ਆਪਾਂ ਮਤਲਬ ਪੁੱਛ ਲੈਂਦੇ ਆ ਵੀ ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨਾ ਕੁ ਨੁਕਸਾਨ ਆ ਵੀਰੇ ਆਪਣਾ? ਨੁਕਸਾਨ ਬਹੁਤ ਹੋ ਗਿਆ ਬਾਈ, ਹੋ ਗਿਆ 80%। ਆਪਣਾ 80% ਨੁਕਸਾਨ ਆ, 80% ਜੀਰੀ ਡੁੱਬੀ ਪਈ ਆ। ਝੋਨੇ ਦੇ ਵਿੱਚ ਕਿੰਨਾ ਕਿੰਨਾ ਕੁ ਪਾਣੀ ਆ? ਪਾਣੀ ਝੋਨੇ ਦੇ ਉੱਤੇ 1.5-1.5 ਫੁੱਟ, 1.5-1.5 ਫੁੱਟ ਪਾਣੀ ਖੜਾ ਝੋਨੇ ਦੇ ਉੱਤੇ, 2-2 ਫੁੱਟ, 1.5-1.5 ਫੁੱਟ। ਇਹ ਪਾਣੀ ਨਿਕਲਣ ਦਾ ਕੋਈ ਸਮਾਧਾਨ ਕੀਤਾ? ਕੋਈ ਨੀ ਕਰਿਆ, ਬਸ ਹੌਲੀ ਹੌਲੀ ਮਾੜਾ ਮੋਟਾ ਪੜੋਲੀਆਂ ਚ ਨਿਕਲ ਰਿਹਾ, ਬਸ ਮਾੜਾ ਮੋਟਾ ਜਣੀ ਪੜੋਲੀਆਂ ਚ ਨਿਕਲ ਰਿਹਾ ਪਾਣੀ। ਪਿੱਛੇ ਤੋਂ ਵੀ ਭਰਾਵੋ ਨਹੀਂ ਆ ਰਿਹਾ, ਆ ਦੇਖ ਸਕਦੇ ਹੋ ਤੁਸੀਂ, ਇਹ ਆਪਣਾ ਭਰਾ ਨਿਕਲਿਆ ਆ। ਇੱਧਰ ਵੀ ਦੇਖ ਸਕਦੇ ਹੋ ਉੱਪਰ ਭਾਖੜਾ ਨਹਿਰ ਆ ਗਈ, ਭਾਖੜਾ ਨਹਿਰ ਵੀ ਬਹੁਤ ਓਵਰ ਚੱਲ ਰਹੀ ਆ। ਇੱਧਰ ਵੀ ਦੇਖ ਸਕਦੇ ਹੋ ਜਿੱਥੇ ਤੱਕ ਤੁਸੀਂ ਨਿਗਾਹ ਜਾਂਦੀ ਆ ਉੱਥੇ ਤੱਕ ਮਤਲਬ ਪਾਣੀ ਬਹੁਤ ਜ਼ਿਆਦਾ ਓਵਰਫਲੋ ਪਾਣੀ ਹੋਇਆ ਹੋਇਆ। ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਬਹੁਤ ਹੀ ਮਤਲਬ ਡੁੱਬਿਆ ਪਿਆ, ਸਾਰੇ ਝੋਨੇ ਮਤਲਬ ਬਿਲਕੁਲ ਹੀ ਡੁੱਬੇ ਪਏ ਨੇ। ਆਹ ਦੇਖ ਲੋ, ਇਹ ਮਤਲਬ ਝੋਨੇ ਦੀਆਂ ਜੂੜੀਆਂ ਜਿਹੜੀਆਂ ਪਨੀਰੀ ਦੀਆਂ ਪੌਦਾ, ਇਹ ਅੱਗੇ ਕਿਤੇ ਲਾਉਣੀ ਹੋਣੀ ਮਤਲਬ ਪਾਣੀ ਦੇ ਉੱਪਰ ਤਿਰ ਤਿਰ ਕੇ ਆ ਗਈ। ਇਹ ਆਏ ਦਿਖਾ ਦਿੰਦੇ ਆ ਤੁਹਾਨੂੰ, ਇਹ ਦੇਖੋ ਆਏ ਕਿਤੋਂ ਤਿਰ ਤਿਰ ਕੇ, ਕਿਸੇ ਨੇ ਝੋਨਾ ਲਾਉਣ ਵਾਸਤੇ ਮਤਲਬ ਪੁੱਟੀ ਹੋਣੀ ਪੌਦਾ ਆਪਣੀ ਪਨੀਰੀ, ਤਿਰ ਤਿਰ ਕੇ ਆ ਗਈਆਂ ਇਹ। ਸੋ ਵੀਡੀਓ ਨੂੰ ਸ਼ੇਅਰ ਔਰ ਲਾਈਕ ਬਾਈ ਜ਼ਰੂਰ ਕਰਿਓ। ਦੇਖ ਸਕਦੇ ਹੋ ਤੁਸੀਂ ਪਾਣੀ ਭਰਾ ਆਪਣਾ ਕੱਢ ਰਿਹਾ। ਸੋ ਵੀਰਾਂ ਨੂੰ ਬੇਨਤੀ ਆ ਕਿ ਮਦਦ, ਇਹੋ ਜਿਹੇ ਜ਼ਿਮੀਦਾਰ ਭਰਾਵਾਂ ਦੀ ਮਦਦ ਕੀਤੀ ਜਾਵੇ, ਔਰ ਸਰਕਾਰਾਂ ਅੱਗੇ ਵੀ ਬੇਨਤੀ ਆ ਕਿ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ। ਸੋ ਵੀਡੀਓ ਨੂੰ ਸ਼ੇਅਰ ਔਰ ਲਾਈਕ ਬਾਈ ਜ਼ਰੂਰ ਕਰਿਓ।